ਮੈਨੂੰ ਤੂੰ ਜਾਣਦਾ ਨਹੀਂ ਹੈ, ਤੈਨੂੰ ਜਾਣਦਾ ਨਹੀਂ, ਮੈਂ ਟੀਵੀ ਤੇ ਆਣਾ ਔਰ ਮੈਂ ਤੁਹਾਡੇ ਦਾ ਟੀਵੀ ਤੇ ਆਇਆ ਸਾਂ ਨਾ, ਓਏ ਉਹ ਉਹ ਮੈਂ ਟੀਵੀ ਤੇ ਨਹੀਂ ਸੀ ਆ, ਅੱਛਾ ਉਹ ਮੈਂ ਉਹ ਆਇਆ ਸਾਂ ਫਿਰ ਤੇ ਮੇਰੇ ਬੱਬਰ ਸ਼ੇਰਾ ਪੂਛਲ ਕਿੱਥੇ ਗਈ ਵੇ ਤੇਰੀ, ਉਹ ਮਸੂਲ ਵਾਲਿਆਂ ਨੇ ਕੱਟ ਲਈ ਸੀ, ਤੇ ਜਿਹੜੀ ਬਾਕੀ ਥੋੜੀ ਜੀ ਰਹਿ ਗਈ ਸੀ ਉਹ ਮੈਂ ਕੀਸੀਆਂ ਕਰਕੇ ਖਤਮ ਕਰ ਲਈ ਸੀ, ਜਦੋਂ ਦਾ ਵੱਡਾ ਹੋਇਆ ਜਾਂ ਕੀਸੀਆਂ ਕਰਨਾ ਜਾਂ ਖੁਰਕਾ ਕਰਨਾ ਹੋਰ ਤੈਨੂੰ ਕੋਈ ਕੰਮ ਨਹੀਂ, ਇਹ ਖੁਰਕ ਨਹੀਂ ਹਾਂ ਇਹ ਜਵਾਨੀ ਪਾਟਣ ਦਈ ਵੀ, ਅੱਛਾ ਜਿਹੜੀ ਤੇਰੀ ਉਸ ਦਿਨ ਪਾਟਣ ਦਈ ਸੀ ਉਹ ਜਵਾਨੀ ਸੀ, ਸਰਵੰਟ ਸਾਲਾ ਨਹੀਂ ਹੁੰਦਾ, ਨਹੀਂ ਸਰਵੰਟ ਬਣਵਈਆ ਹੁੰਦਾ ਤੇ ਨਾਲ ਪੈਸੇ ਵੀ ਲੈਂਦਾ, ਕੀ ਬਕਵਾਸ ਜਨਾਬ, ਸ਼ਹਿਰ ਚ ਨੌਕਰ ਨੂੰ ਸਰਵੰਟ ਕਹਿੰਦੇ, ਉਹ ਜ਼ਲੀਲ ਤੇ ਆ ਬੱਚਿਆ ਹੈ, ਤੂੰ ਨੌਕਰ ਤੇ ਹੀਰਾ ਬਣ ਕੇ ਖੜਾ ਹੋ ਗਿਆ ਬੇਵਕੂਫ ਨਾਲ, ਤੇਰਾ ਏਡਾ ਸੋਹਣਾ ਨੌਕਰ ਮੱਛੀ ਨਹੀਂ ਸੀ।
ਜੀ ਤੇ ਜੇ ਇਹੋ ਜਿਹਾ ਰਿਸ਼ਤਾ ਲੱਭ ਜਾ ਤਾਂ ਫਿਰ ਵਿਆਹ ਨਹੀਂ ਜੀਂਦੀ ਜੀ ਬਸ ਮੈਂ ਇਸ ਚੀਜ਼ ਦੇ ਖਿਲਾਫ ਹਾਂ ਅੱਜ ਦਿਨ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ ਚੁੱਲ੍ਹਾ ਪਾੜ ਗਿਆ ਤੇ ਨੂੰਹ ਮਰ ਗਈ ਉਹ ਇੱਕ ਸਵਾਲ ਕਰਨਾ ਚਾਹੁੰਦਾ ਮਾਸ਼ਰੇ ਕੋਲੋਂ ਇਹ ਚੁੱਲ੍ਹਾ ਉਹ ਕਿਉਂ ਪਾੜਦਾ ਜਦੋਂ ਨੂੰਹ ਕੰਮ ਕਰ ਰਹੀ ਹੁੰਦੀ ਉਦੋਂ ਕਿਉਂ ਨਹੀਂ ਪਾੜਦਾ ਜਦੋਂ ਤੁਹਾਡੀ ਆਪਣੀ ਧੀ ਕੰਮ ਕਰ ਰਹੀ ਹੁੰਦੀ ਚੱਲਦੇ ਆ ਬਹੁਤ ਅੱਛੇ ਯਾਨੀ ਮਰੀ ਵੀ ਠੰਡਾ ਤੇ ਅਗੂ